मिस्त्री रह गया है, बाकी का सारा सामान चल गया। चल हम मिस्त्री के लिए आऊंगा ना, जो भी करूं अंदर। चल ये रह गया हमारा, बाकी सारा सामान चुक गया है, बढ़िया हो गया। गोविंद बाल है नहीं गोविंद बाल मैं पर मैं भी चुप ही करके तेरे घरों आ गई भी किदां दी गल्लां कर रही है, ये तो हुण तोते चाहे कि पता लगूगा। उहनां दीआं वी भैणां सुण के ते मैं साडे वाली की बोली ओहदीआं वी तैनूं दसदी आं ते मेरी गल सुण। तेरे पोते लल्लू दा की हाल होवे कि लल्लू उत्थे की करदा, कहिंदा नहीं कि जाणा नहीं, ओह तां विचारा कोहरा पुछ, ओह तां मैनूं दसण पैंदा इह गल्लां ते ओह दसण नहीं दिंदी। क्यों कुड़ी बस आ इहो 100 रुपया दिंदी, बाहर चल जा तूं, इहनूं चल जा, जें चल जा, ਤੇ ਉਹ ਬਥੇਰਾ ਗੱਲਾਂ ਮੈਨੂੰ ਦੱਸਿਆ ਗੁੱਜੀਆਂ ਗੁੱਜੀਆਂ। ਉਹਨੂੰ ਆਖਣਾ ਹੀ ਤੇਰੀ ਦਾਦੀ ਕਹਿਣ ਦੀ ਜੀਨ ਲੱਗਦਾ ਆ ਜਾ ਹੁਣ। ਆ ਸਾਰਾ ਕੋ ਲੱਗਾ ਹੀ ਦੱਸਣ ਤੇ ਨਾ ਮੁੜ ਕੇ ਗਾਲੀ ਨੇ ਉਹਨੂੰ ਵਿਚਾਰੇ ਨੂੰ ਕੋਈ ਨਹੀਂ ਦਿੱਤਾ। ਹੁੰਦਾ ਹੈਗਾ ਝੱਕਦਾ ਕਿ ਨਹੀਂ ਉਹ ਪਰ ਉਹ ਗਾਲੀ ਨਹੀਂ ਕਰਨ ਦਿੰਦੀ। ਨਾ ਨਾ ਉਹ ਜਿਹੜੀ ਤੁਸੀਂ ਅਸੀਂ ਗੱਲ ਕਰਦੇ ਨਾ ਮਾਂ ਦੀ ਸੁਣ ਲਾ ਗੱਲ, ਆਵੇਂ ਤਾਂ ਧੀ ਨੂੰ ਮਾਂ ਨਹੀਂ ਵਸਣ ਦਿੰਦੀ, ਮਾਂ ਦਾ ਜ਼ਿਆਦਾ ਕਸੂਰ। ਦੇਖਿਆ ਗੱਲਾਂ ਕਿੱਦਾਂ ਦੇ ਕਰਦੀ ਗੱਲਾਂ ਤੇ ਮੈਂ ਸਾਡੇ ਧੀ ਸੋਨੇ ਵਰਗੀ, ਸਾਡੀ ਧੀ ਇਦਾਂ ਦੀ ਕਿੱਦਾਂ ਦੀ ਕਰਦੀ ਉਥੇ ਆ ਦੇਤੀ ਫਿਰ ਮੈਂ ਸੁਣਾ ਜੀ ਸੱਚੀ ਸਾਰਿਆਂ ਦੇ ਸੋਨੇ ਵਰਗੀਆਂ ਦੇ ਪਿੱਤਲ ਦੀ ਕਿਹਦੀ ਹੁੰਦੀ ਹਾਂ ਇਦਾਂ ਹੀ ਆਂਦੀਆਂ ਨੇ ਭਾਵੇਂ ਤੀ ਜਿੱਦਾਂ ਧੀ ਪੁੱਤ ਜਿੱਦਾਂ ਮਰਦੀ ਨਹੀਂ ਮੈਂ ਤਾਂ ਤੁਹਾਡੀ ਧੀ ਸੋਨੇ ਵਰਗੀ ਤੋਂ ਵੀ ਸੋਨੇ ਵਰਗਾ ਪੁੱਤ ਵਾ ਕਿਸੇ ਦਾ ਹਾਂ ਉਹ ਤਾਂ ਫਿਰ ਹੈ ਹੀ ਨਾ ਆਪਣੀ ਧੀ ਨੂੰ ਮੇਰੀ ਧੀ ਉਹ ਨਹੀਂ ਕਿਸੇ ਦਾ ਪੁੱਤ ਮੈਂ ਕਿਹਾ ਮੈਂ ਕਿਹਾ ਚਾਰ ਪੈਰਾਂ ਇਕੱਲੇ ਨੂੰ ਹੁੰਦੀਆਂ ਹੈ ਕੀ ਉਹਨੇ ਗਵਾਇਆ ਕੋਈ ਅੰਬਲੀ ਆ ਪੋਸਤੀ ਆ ਕੀ ਆ ਮਾਰਦਾ ਕੁੱਟਦਾ ਦੱਸੋ ਮੈਨੂੰ ਹੁਣ ਆਉਣ ਵਾਲੋ ਕੀ ਆਂਦੀ ਕਿੱਦਾਂ ਆਉਂ ਕਿੱਦਾਂ ਵੀ ਲੈਣ ਜਾਈਏ ਕਿ ਜਾਂ ਕੀ ਆ ਹਾਂਜੀ ਹੀ ਆ ਜਾਊਂਗੀ ਆ ਜਾਊਂਗੀ ਮੈਂ ਤਾਂ ਆਖਾਂ ਜਾ ਜਾ ਕੇ ਦੀਵੇ ਦੀਵੇ ਘਰ ਜਗਾ मेरी धी सोने वर्गी काम च रोलता है करता फलानी गल करती मैं तेरे घर नव आई नहीं काम कर दया आया गया है तुरे आए रहा कोई ना कोई एक चाह प्या धर दे होर दो कप मैं फिर भी तू घर जानी मैं तेरे घर तो कोई आंदा ना तू उधर तो मैं महफल लगे रही सौ आई सौ फिर मैं अपना मन खुश ही किया मैं भी आखू भी मुड़के कोई मगर आए चल ਚੰਗੀ ਮਠੰਡੀਆਂ ਕੀਤੀਆਂ ਪਰ ਵਾਰੇ ਹੁਣ ਜਿੰਦਗਾ ਨਹੀਂ ਬੈਠਾ ਨਾ ਹੁਣ ਨਹੀਂ ਆਉਣ ਜਿੰਦੀਆਂ ਵਾਰੇ ਵਾਰੇ ਤੇ ਮੁੰਡਾ ਵਿਚਾਰਾ ਦੱਸਣ ਪਾਵੇ ਇਹ ਤੇ ਕਿਤੇ ਮਾਂ ਨੂੰ ਕਦੇ ਵਿਚਾਰੇ ਨੂੰ ਆਖੇ ਚੱਲਵੇ ਬਾਹਰ ਚੱਲਵੇ ਇੱਧਰ ਨੂੰ ਉਹ ਮੈਨੂੰ ਘਰ ਦੱਸੀ ਗਿਆ ਅੱਛਾ ਇੱਕ ਗੱਲ ਨੂੰ ਉਹ ਪਤਾ ਹੀ ਦੱਸਣ ਵਾਲਾਂ ਵਾਲਿਆਂ ਦੀ ਉਹਦਾ ਤੇ ਮੁੜ ਕੇ ਉਹਨੇ ਗਾੜੀ ਮੈਨੂੰ ਦੱਸਿਆ ਹੀ ਨਹੀਂ ਕੋਈ ਵਾਲੀਆਂ ਦੀ ਗੱਲ ਇਦਾਂ ਹੋਈ ਕਿ ਵਾਲੀਆਂ ਨਾ ਵੱਡੀ ਜੀ ਆਈ ਆ ਕੁਤੀ ਉਹ ਹੁਣ ਉਹਦਾ ਆਂਦੇ ਹੁੰਦੇ ਵੀ ਮਾਂ ਪਿਓ ਹੈ ਨਹੀਂ ਆ ਤੇ ਦਾਦੀ ਕੋ ਹੀ ਇਹਨੇ ਲੈਂਦੀ ਵੱਡੀ ਰੋਟੀ ਨੇ ਹਾਂ ਕਹਿੰਦੀ ਵੀ ਚੱਲ ਮੈਂ ਇੱਥੇ ਪੜਾ ਲਿਖਾ ਲੈਂਦੀ ਆ ਹਾਂ ਤੇ ਚਲੋ ਅਸੀਂ ਵੀ ਆਖਿਆ ਸੁਣਿਆ ਜਦੋਂ ਵੀ ਚਲੋ ਵਧੀਆ ਕੀਤਾ ਉਹ ਵੀ ਮੇਰੇ ਲੱਲੂ ਨੇ ਦੱਸਿਆ ਮੈਨੂੰ ਅੱਛਾ ਹੈ ਅੰਦਾ ਦਾਦੀ ਉੱਥੇ ਸਿੰਮੂ ਲਿਆਂਦੀ ਆ ਨਿੱਕੀ ਜੀ ਉਹ ਤਾਂ ਪੜ੍ਹਨੀ ਪਾਈ ਚੱਲ ਕੋਈ ਨਹੀਂ ਹੁਣ ਇਕੱਲੀ ਦੀ ਜਦੋਂ ਹੋਵੇ ਤਾਂ ਬੜਾ ਕੁਝ ਸੋਚਣਾ ਪੈਂਦਾ ਹਾਂਜੀ ਹਾਂ ਤੇ ਉਹ ਕਿਤੇ ਉਹਦੀ ਦਾਦੀ ਨੇ ਦਿੱਤੀਆਂ ਵਾਲੀਆਂ ਉਹਦੀ ਭੂਆ ਨੂੰ ਆਪਣੀ ਵੀ ਵੱਡੀ ਰੋਟੀ ਨੂੰ ਹਾਂ ਵਾਲੀਆਂ ਕਿਤੇ ਸਾਡੀ ਵਾਲੀ ਲੈ ਲਈ ਹਾਂ ਉਹਦੇ ਤੋਂ ਪੋਇਆ ਪਵਾੜਾ ਤੇ ਨਿੱਕੀ ਜਿਹੜੀ ਰੋਟੀ ਆ ਜਿਹੜੀ ਰੋਟੀ ਚਲਾਕੋ ਮਾਸੀ ਉਹ ਇੱਥੋਂ ਲੈਣ ਆਈ ਮੈਂ ਤੇ ਘਰ ਹੀ ਨਾ ਮੈਨੂੰ ਤਾਂ ਦੱਸਿਆ ਜੋਬਣ ਨੇ ਆਂਦਾ ਵੀ ਵਾਲੀਆਂ ਲੈ ਗਈ ਇਹ ਮੈਨੂੰ ਆਂਦੀ ਵੀ ਮੇਰੀ ਮਾਂ ਬਿਮਾਰ ਵਾ ਤੇ ਮੈਂ ਜਾਣਾ ਵਾ ਅੱਛਾ ਜੋਬਣ ਜਦੋਂ ਮੈਨੂੰ ਆਇਆ ਵੀ ਆਂਦਾ ਕਿੱਥੇ ਆ ਰੋਟੀ ਲਿਆ ਤੇ ਮੈਂ ਕਿਹਾ
ਕਹਿੰਦਾ ਵੀ ਉਹ ਕਿੱਥੇ ਗਈ ਹੈ ਤੇ ਮੈਂ ਕਿਹਾ ਉਹ ਤੇ ਉਹਦੀ ਮਾਂ ਬਿਮਾਰ ਉੱਥੇ ਆਂਦਾ ਉਹਨੇ ਫਿਰ ਮੈਨੂੰ ਕਹਾਣੀ ਦੱਸੀ ਵੀ ਵਾਲੀਆਂ ਦੀ ਆਹ ਕਹਾਣੀ ਉਹ ਵਿੱਚੋਂ ਇਹ ਹੁਣ ਗਈ ਉੱਥੇ ਵਾਲੀਆਂ ਲੈਣ ਏਦਾਂ ਹੀ ਹੁਣ ਮੈਨੂੰ ਨਹੀਂ ਪਤਾ ਵੀ ਵਾਲੀਆਂ ਨੂੰ ਬਣ ਕੇ ਦੇਣੀਆਂ ਕਿ ਜਾਂ ਨਹੀਂ ਦੇਣੀਆਂ ਤੇ ਪਥਾੜਾ ਪਾ ਕੇ ਉਧਰ ਦਾ ਵੀ ਪਾੜੀ ਜਾਂਦੀ ਏਦਾਂ ਦੀ ਕਦਰ ਵਧਣੀ ਕਿ ਘਟਣੀ ਮੈਨੂੰ ਇਹ ਦੱਸ ਗੱਬੇ ਤੇ ਬਸ ਸੁਣ ਮੇਰੀ ਗੱਲ ਉਹ ਕਿਤਾਈਆਂ ਨੇ ਆਉਂਦੀ ਨਹੀਂ ਕਿ ਲੈ ਕੇ ਜਾਵਾਂ ਗੱਲ ਹੁਣ ਮੈਂ ਕੀ ਕਹਿ ਸਕਦੀ ਮੈਂ ਤੇ ਆਖਿਆ ਵੀ ਅਸੀਂ ਹੁਣ ਕੋਈ ਨਹੀਂ ਥੋੜੇ ਬਹੁਤੇ ਪੈਸੇ ਆਉਂਦੇ ਤੈਨੂੰ ਵਾਲੀਆਂ ਬਣਾਉਣੇ ਨੇ ਤੂੰ ਪਕਾਨੀ ਧੀ ਦੇ ਕਿਉਂ ਵਾਲੀਆਂ ਲੈਣ ਡਈ ਤੂੰ ਚੰਗੀਆਂ ਲੱਗਦੇ ਮੈਨੂੰ ਵਾਲੀਆਂ ਲੈਂਦੇ ਦੱਸ ਪਹਿਲਾਂ ਤੂੰ ਸਮਝਾ ਮੈਨੂੰ ਬਿੰਦ ਪਾਲ ਮੈਂ ਤੇ ਕੋਈ ਗੱਲ ਨਹੀਂ ਸਵਾ ਤਰਸਾ ਤੇ ਸਿਰੇ ਤੇ ਗੱਲ ਮਾਂ ਦਾ ਸਾਰਾ ਕਸੂਰ ਮਾਂ ਦੀ ਸੁਣ ਲਾ ਆਂਦੀ ਮਾਂ ਨੇ ਵੀ ਮੈਨੂੰ ਬਹੁਤ ਗੱਲਾਂ ਕੀਤੀਆਂ ਭਰਾ ਨਾਲ ਮੈਂ ਜਿਹੜੀ ਗੱਲ ਕਰਕੇ ਆਈ ਭਰਾ ਕਹਿੰਦਾ ਵੀ ਚਲੋ ਲਾਡਲੀ ਲਾਡਲੀ ਦੇ ਸਾਰੇ ਧੀਆ ਪੁੱਤ ਹੁੰਦੇ ਆ ਸਾਰੇ ਦਿੰਦੇ ਆ ਹਨਾ ਇਹ ਹੁਣ ਮੈਨੂੰ ਕਹਿੰਦੀ ਵੀ ਮੇਰੀ ਮਾਂ ਬਿਮਾਰ ਐਡੀ ਸਾਲੋ ਕੱਲੋ ਸਾਲੇ ਪਾ ਕੇ ਗਈ ਇੱਥੇ ਮੈਂ ਜਾਣਾ ਵਾ ਤੇ ਮੈਂ ਵੀ ਆਖਿਆ ਵੀ ਚੱਲ ਕੋਈ ਨੀ ਮਾਂ ਬਿਮਾਰ ਜਾਣਾ ਹੀ ਚਾਹੀਦਾ ਵਾ ਕੱਲੀ ਹੈਗੀ ਇਹ ਨਾ ਜਾਊ ਤੇ ਕੌਣ ਜਾਊਗਾ ਨਹੀਂ ਆਹ ਜਾਣਾ ਹੀ ਪੈਂਦਾ ਹੀ ਚੱਲ ਤੇ ਮੈਂ ਜਾਣਾ ਮੈਂ ਜਾਣਾ ਮੈਂ ਰੋਟੀਆਂ ਚੁਆਇਆ ਮੂਲੀ ਵਾਲੀਆਂ ਰੋਟੀਆਂ ਵੀ ਮੈਨੂੰ ਦਵਾਗਾ ਉਹ ਕਿਤੇ ਲਾਤੀਆਂ ਅੱਛਾ ਹਾਂ ਚਾਹ ਹੀ ਨਾ ਜਾਣਾ ਖਾਣ ਨੂੰ ਵੀ ਵਾਲੀਆਂ ਨੂੰ ਚਾਹ ਹੀ ਚਾਹ ਹੋ ਤੇ ਜਾਣ ਨੂੰ ਕਹਦਾ ਸੀ ਵਾਲੀਆਂ ਨੂੰ ਚਾਹ ਹੀ ਅੱਛਾ ਵੀ ਬਣੀਆਂ ਹੋਣੀਆਂ ਗਾੜੀ ਰੋਟੀ ਲੈ ਗਈ ਨਿੱਕੀ ਵਾਲੀਆਂ ਅੱਛਾ ਤੇ ਮਾਰ ਕਿਤੇ ਵਾਰ ਨੂੰ ਤਲਵਾਰਾਂ ਮਾਰਦੀ ਫਿਰ ਇਧਰ ਰੋਟੀਆਂ ਉਹਦਾ ਕਿਤੇ ਕੰਮ ਨਹੀਂ ਹੁੰਦਾ ਦੀ ਕੰਮ ਕਰਾਉਂਦੇ ਇਹਦਾ ਥਿਆ ਮੂਲੀਆਂ ਵਾਲੀਆਂ ਲਾਹ ਵੀ ਦਿੱਤੀਆਂ ਮੈਨੂੰ ਕਹਿੰਦੀ ਮੂਲੀਆਂ ਲਿਆ ਦੇ ਤੇ ਮਾਰ ਉੱਥੇ ਕਿਤੇ ਮਾਰ ਚੱਲ ਵੀ ਗਈ ਤੇ ਜੋਗਾ ਨੂੰ ਇੱਥੇ ਵਹਿੰਦਾ ਫਿਰ ਮੈਂ ਤਾਂ ਕਦੋਂ ਜਿਹੜੇ ਚੱਲ ਜੀ ਪਤਾ ਲੈ ਉਹ ਮੁੰਡਾ ਵੀ ਲੈ ਪਤਾ ਪੀ ਕਰ ਲਾ ਉਹ ਆਉਂਦੇ ਹੁੰਦੇ ਵੀ ਰੱਸੇ ਵਾਲੀ ਗੱਲ ਤੇਰੀ ਸਹੀ ਹੈ ਹਾਂ ਕੀ ਕਰਨਾ ਭੈਣੇ ਇਹਨਾਂ ਦੇ ਤੂੰ ਗਾਲ ਹੀ ਛੱਟ ਦੇ ਤੇ ਕੋਈ ਚੰਗੀ ਟੱਕਰ ਜੇ ਤੇ ਚੰਗਾ ਹੀ ਹੋ ਨਹੀਂ ਤੇ ਅਰਨ ਲਈ ਰੋਣਾ ਹੀ ਉਹ ਗੱਲ ਕੇ ਫਿਰ ਹਾਂ ਉਹ ਕਰਨਾ ਖੋਣੀ ਹੋਰ ਕੀ ਕਰਨਾ ਮੈਂ ਤੇ ਪ੍ਰੀਤ ਨੂੰ ਵੀ ਕਿਹਾ ਸੀ ਮੈਂ ਪ੍ਰੀਤ ਇਹਨੂੰ ਪੁੱਤ ਛੱਡ ਆਪ ਛੱਡ ਕੇ ਆਓ ਬਿੰਦਪਾਲ ਧੀਆਂ ਵਿਆਹੀਆਂ ਇੱਕੋ ਹੀ ਗੱਲ ਉਹਨਾਂ ਨੂੰ ਦੱਸੀ ਆ ਵੀ ਰੁੱਸ ਕੇ ਇੱਥੇ ਸਾਡੇ ਘਰ ਨਹੀਂ ਆਉਣਾ ਮਹੀਨੇ 'ਚ ਭਾਵੇਂ ਚਾਰ ਵਾਰੀ ਆਓ ਹਾਸ਼ਰੀਆਂ ਖੇਡਦੀਆਂ ਉਹ ਜਿਹੜੀ ਪੇਕਿਆਂ ਦੀ ਗੱਲ ਸਹੁਰਿਆਂ ਦੱਸਣੀ ਸਹੁਰਿਆਂ ਦੀ ਪੇਕੇ ਨਹੀਂ ਦੱਸਣੀ ਉਹ ਬੜੀਆਂ ਵਧੀਆ ਉੱਥੇ ਕੰਮ ਧੰਦਾ ਕਰਦੀਆਂ ਹੁਣ ਸਾਡੀ ਸਾਡੀ ਅਤਲਾਰਾ ਤੂੰ ਮੇਰੀ ਪੇਕ ਇੱਦਾਂ ਦੀ ਹੈਗੀ ਹੈ ਨੌ ਵੱਡੀ ਜਿਹੜੀ ਆ ਉੱਥੇ ਵਾਲੀ ਮੰਮੀ ਆ ਤੇ ਇੱਥੇ ਵਾਲੀ ਕੁਛ ਨਹੀਂ ਹੈਂ ਉੱਥੇ ਵਾਲੀਆਂ ਨੂੰ ਮੰਮੀ 'ਚ ਕਹਿਣਾ ਵਾ ਮੰਮੀ 'ਚ ਕਹਿਣਾ ਤੇ ਇੱਥੇ ਵਾਲੀਆਂ ਨੂੰ ਹਾਂ ਕੀ ਕਰਨ ਡਈ ਆ ਅੱਛਾ ਵੇਖ ਲੈ ਹੈ ਫਿਰ ਮੈਂ ਤਾਂ ਕਹਿੰਦੀ ਨਹੀਂ ਉਹ ਮੰਮੀ ਆ ਤੇ ਅਸੀਂ ਕੀ ਰੱਖਦੇ ਹਾਂ ਤੂੰ ਗਈ ਮੈਂ ਖਪੀ ਫਿਰ ਮੈਂ ਤੈਨੂੰ ਉਦਣ ਕਹਿਣਾ ਮੇਰੇ ਕੋਲ ਜਾ ਰਿਹਾ ਕੱਲ ਨੂੰ ਜਾਊ ਤੇ ਫਿਰ ਮੈਂ ਹੋ ਕੇ ਆਈ ਤੇ ਮੈਂ ਹੁਣ ਮੈਂ ਦੱਸ ਹੀ ਆਵਾਂ ਵਿਆਹ ਗੱਲਾਂ ਬਾਤਾਂ ਹੀ ਮੇਰੀ ਹੁਣ ਗੱਲ ਸੁਣ ਆ ਕਿੰਨਾ ਕੁ ਕੰਮ ਆ ਸਵੇਰੇ ਉੱਠੀ ਦਾ ਕੰਮ ਕਰ ਲਈਦਾ ਆਂਦੀ ਵੀ ਵੇਲੀ 'ਚ ਗੰਦ ਪਾਇਆ ਉੱਥੇ ਪਾਇਆ ਤੇ ਸਾਰਾ ਮੈਂ ਕੰਮ ਕਰ ਸੁਣ ਤੇ ਬਿੰਦ ਪਾਲ ਇਹਨਾਂ ਦੇ ਮੂੰਹਾਂ ਨੂੰ ਵੇਖੀਦਾ ਵਾ ਵੀ ਇਹ ਕਰ ਹੀ ਲੈਣਾ ਵਾ ਸਭਾ ਕਈਆਂ ਕੁਈਆਂ ਤੇ ਛੱਟ ਕਰ ਲਈਦਾ ਅੱਛਾ ਮੈਂ ਤੇ ਇਹਦੇ ਹੁੰਦਿਆਂ ਨਾਲ ਹੱਥ ਭੜੱਤੀ ਪਾਉਂਦੀ ਰਹਿਨੀ ਵੀ ਚੱਲ ਕੋਈ ਨਹੀਂ ਛੇ ਦੀ ਕੰਮ ਹੋ ਜੇ ਕੰਮ ਕਿੰਨਾ ਕਰ ਕੰਮ ਕਰ ਦੇ ਕਰ ਕਸੀ ਦਾ ਵੇਖਣਾ ਫਿਰ ਹਾਂ ਇਹ ਉਹਦਾ ਹੀ ਕੀ ਢਾਲ ਦਗਾ ਹੋਰ ਚੇਤਾ ਆ ਗਿਆ ਉਹਨੇ ਆ ਕਰ ਉੱਥੇ ਵੱਜ ਵਜਾਇਆ ਹੀ ਉਹ ਤੇ ਗੋਏ ਦਾ ਢੇਰ ਲਾ ਲਾ ਕੇ ਤੇ ਮੈਂ ਗੋੜੇ ਗੋੜੇ ਗੰਦ ਪਾਇਆ ਘਰ ਤੇ ਮੈਨੂੰ ਆਉਂਦੀ ਨੂੰ ਅੱਜ ਕੇ ਸਫਾਈਆਂ ਕਰ ਆ ਪਹਿਲਾਂ ਵੇਖ ਲੈ ਵੀ ਕਿਹੜਾ ਗੰਦ ਵਾ ਤੇ ਜੇ ਤੂੰ ਮੱਝ ਦੀ ਗੱਲ ਕਰਦੀ ਇੱਕੋ ਮੱਝ ਵਾ ਖਾਣ ਪੀਣ ਨੂੰ ਦੁੱਧ ਤੇ ਗਲਾਸ ਇਹ ਪੀਂਦੇ ਹੁਣ ਬਾਹਰ ਮੁੱਲ ਥੋੜਾ ਲੈ ਕੇ ਖਾਧਾ ਜਾਂਦਾ ਵਾ ਨਾ ਜੀ ਤੂੰ ਕਵੇ ਵੀ ਮੁੱਲ ਲਿਆ ਲੈ ਕੇ ਡੋਲ ਭਰ ਕੇ ਤੇ ਹੁਣ ਪਤੀਲੇ ਭਰ ਭਰ ਦੁੱਧ ਦੇ ਪੀਵੇ ਇਦਾਂ ਥੋੜਾ ਗੋਇਆ ਜਾਵਾਂ ਇਦਾਂ ਹੀ ਵੀ ਮੈਂ ਕਿਹਾ ਚੱਲ ਇੱਕੋ ਵਾਰ ਪੱਤ ਲੂੰਗੀ ਥੋੜਾ ਜਮਾਂ ਹੋ ਜੇ ਹੈ ਆਪ ਹੀ ਇੱਕ ਗਾਂ ਦਾ ਹੋਣਾ ਵੀ ਕਿੰਨਾ ਕੁ ਆ ਮੈਂ ਤੈਨੂੰ ਵਿਖਾਲਾਂ ਚਾਹ ਕਿਤੇ ਵੀ ਇੰਨੀ ਮੈਂ ਸਾਫ਼ ਕਰਕੇ ਰੱਖੀ ਟਾਹਲੀ ਥੱਲੇ ਮਈ ਬੰਦੀ ਦੀ ਕੋਈ ਉੱਥੇ ਗੋਇਆ ਨਹੀਂ ਹੈ ਇਹ ਗੱਲਾਂ ਜਦੋਂ ਬਣਾਉਣੀਆਂ ਹੁਣ ਨਾ ਭਾਵੇਂ ਅਸੀਂ ਹੋਰ ਦਸ ਬਣਾ ਲਈਏ ਉਹ ਵੀ ਕੋਈ ਨਹੀਂ ਪੈਣਾ ਇਹ ਉੱਥੇ ਬਾਹਰ ਹੀ ਲੈਣੀ ਚਾਹੀਦੀ ਹੈ ਇੱਕ ਇੱਕ ਦਾ ਨਾਠਾ ਨਾਠ ਕੰਮ ਕਰ ਦੇਣਾ ਸਹੁਰਾਂ 'ਚ ਤਾਂ ਮੌਤ ਹੀ ਪੈ ਜਾਂਦੀ ਕੀ ਪਤਾ ਕਿੱਦਾਂ ਦਾ ਸੁਭਾਅ ਹੈ ਇਹਨਾਂ ਦਾ ਹੈ ਇਹਨਾਂ ਦੀ ਗੱਲ ਹੀ ਛੱਡ ਦੇ ਹੁਣ ਤੂੰ ਦੱਸ ਹੁਣ ਕਿੱਦਣ ਜਾਈਏ ਲੈਣ ਜਾਂ ਕੀ ਕਰੀਏ ਉਹ ਦੱਸ ਜਾ ਹੁਣ ਗੋਬਿੰਦ ਪਾਲ ਉਹ ਚਾਹੁੰਦੇ ਵੀ ਛੱਡ ਆਵਾਂਗੇ ਤੇ ਹੁਣ 8 ਕੁ ਦਿਨ ਵੇਖ ਅੱਛਾ ਨਹੀਂ ਤੇ ਫਿਰ ਅਜੇ ਵੀ 8 ਦਿਨ ਕੁੜੇ ਹੁਣ ਵੇਖ ਲਾ ਆਉਂਦੇ ਆਉਂਦੇ ਕਿੱਦਣ ਨੂੰ ਆਉਂਦੇ ਆ ਅਜੇ ਕਿਹੜੇ ਤੁਰ ਪਏ ਸੀ ਉੱਥੋਂ ਤੇ ਤੂੰ ਤਾਂ ਘੜੀ ਠਹਿਰ ਜਾਂਦੀ ਉਹਦਾ ਭਰਾ ਹੁਣ ਕੀ ਪਤਾ ਮੈਨੂੰ ਨਹੀਂ ਆਇਆ ਟਾਲੇ ਪਾਤਾ ਵੀ ਛੱਡ ਆਵਾਂਗੇ ਮੈਂ ਵੇਹ ਹਫਤਾ ਕਾ ਮੁੜ ਕੇ ਵੇਨੇ ਆ ਵੇਖੀ ਉੱਥੇ ਕਿੱਦਾਂ ਫਿਰ ਨੇਰਗਾ ਜੰਮਨੇ ਜਾ ਕੇ ਮੇਰੀ ਗੱਲ ਸੁਣ ਹਫਤਾ ਠਹਿ ਉੱਥੇ ਖਲੋਂਦੇ ਪੈਣ ਲਈ ਹਫਤੇ ਨੂੰ ਉਹਦਾ ਭਰਾ ਆਉਂਦਾ ਤੇ ਤੂੰ ਉਹਨੂੰ ਮਿਲ ਕੇ ਆਂਦੀ ਹੁਣ ਭਰਾ ਨੂੰ ਉੱਧਰ ਨਹੀਂ ਮਿਲਾਂਗਾ ਜੇ ਨਾ ਆ ਗਈ ਠੀਕ ਹੋ ਨਾ ਹੀ ਤੇ ਫਿਰ ਵੇਖੀ ਕੀ ਬਣਦਾ ਚੱਲ ਫਿਰ ਵੇਖ ਲੈ ਜਿੱਦਾਂ ਤੇਰੀ ਮਰਜ਼ੀ ਹੈ ਜਿੱਦਾਂ ਤੂੰ ਕਹੇਂਗੀ ਉੱਦਾਂ ਕਰ ਲੈਂਦੇ ਹਾਂ ਮੈਂ ਟਾਈਮ ਕੀ ਲਾਉਣਾ ਸੀ
ਮੁੰਡਾ ਚਲ ਗਿਆ ਕਿੱਥੇ ਮੁੰਡਾ ਚਾਹ ਪਿਆ ਲੈਣੀ ਉਹਨੂੰ ਅਮਨ ਚਲ ਗਿਆ ਚਾਹ ਤੇ ਜੀ ਮਰ ਗਿਆ ਕਰਾ ਗਿਆ ਮੈਂ ਸੈੱਟ ਸਾਰਾ ਕੁਝ ਬੈੱਡ ਬੁੱਡ ਸੈੱਟ ਕਰਾ ਗਿਆ ਮੈਂ ਸੁਖੀ ਆਈ ਆਈ ਜੀ ਅੱਛਾ ਤਾਂ ਮੈਨੂੰ ਟਾਈਮ ਲੱਗ ਗਿਆ ਉੱਥੇ ਹੋਰ ਮੈਂ ਤੇ ਕੀ ਕਰਨਾ ਹੈ ਆਈ ਆਂਟੀ ਆਹੋ ਕੀ ਆਂਦੀ ਫਿਰ ਉਹਾ ਹੀ ਗੱਲਾਂ ਵੇਖ ਲਾ ਮਾਂ ਦਾ ਕਸੂਰ ਕੱਢਦੀ ਓ ਕਿ ਮਾਂ ਹੀ ਇਦਾਂ ਕਰਦੀ ਮਾਂ ਹੀ ਇਦਾਂ ਕਰਦੀ ਫਿਰ ਤੂੰ ਮੈਨੂੰ ਕਹਿਣਾ ਵੀ ਤੂੰ ਗਲਤ ਵਾ ਹੁਣ ਉਹਨੇ ਵੀ ਕਹਿਤਾ ਵੀ ਮਾਂ ਉਹਦੀ ਉਦਾਂ ਦੀ ਓ ਉਹੋ ਹੀ ਪਤਾ ਨਹੀਂ ਲੱਗਾ ਕੀ ਇਹਦਾ ਇਲਾਜ ਉਹ ਜਨਾਨੀ ਦਾ ਮੈਨੂੰ ਸਮਝ ਨਹੀਂ ਆਉਂਦੀ ਬੁੱਢੇ ਬਾਰੇ ਜਾ ਕੇ ਉੱਥੇ ਜਾ ਕੇ ਬੈਠੀ ਆ ਚੰਗੀ ਲੱਗੀ ਤਾਂ ਰਹਿਣ ਦੇ ਲਾ ਲੈਂਦੇ ਚਾਹ ਲਿਆਉਣੀ ਨਹੀਂ ਮੈਂ ਮਹੀਨਾ ਰਵੇ ਦੋ ਮਹੀਨੇ ਰਵੇ ਕੋਈ ਤਾਂ ਲਾਗੇ ਆਣ ਗੁਆਂਢ ਦੇ ਪੁੱਛੂ ਨਾ ਵੀ ਕਿਉਂ ਆ ਕੇ ਬੈਠੀ ਆ ਨਾਲ ਮੁੰਡੇ ਦੀ ਜ਼ਿੰਦਗੀ ਨੇ ਖਰਾਬ ਕੀਤੀ ਆ ਸ਼ਰਮ ਹੈ ਹੀ ਨਹੀਂ ਮਾੜੀ ਮੋਟੀ ਹੈ ਇਹਨੂੰ ਨਹੀਂ ਪਹਿਲਾਂ ਘਰ ਸਾਡੇ ਡੰਗਰ ਆ ਕੀ ਨਹੀਂ ਸਾਹਮਣਾ ਕੀ ਨਹੀਂ ਕਰਨਾ ਮੈਂ ਤਾਂ ਅੱਗੇ ਕਹਿਣ ਡਈ ਮੈਂ ਕਿਹਾ ਵੀ ਸਮਾਨ ਆਉਂਦੇ ਵੀ ਨਵੇਂ ਘਰ ਖੜਨਾ ਉਦੋਂ ਅੱਤ ਚੁੱਕੀ ਸੀ ਇਹਨੇ ਤੇ ਜੇ ਉਹ ਕੀ ਆ ਲਿਆਂਦਾ ਲਿਆਂਦਾ ਤੇ ਮੈਨੂੰ ਆਈ ਅਸੀਂ ਕਰੇ ਕੀ ਇਹਨਾਂ ਰੋਟੀ ਖਾਣ ਤੇ ਨਾ ਪਾਣੀ ਤੇ ਪੀਣ ਤੇ ਉਹ ਆਉਂਦੇ ਹੁੰਦੇ ਵੀ ਸਾਰੇ ਭਰਜਾਈ ਉਹ ਵੀ ਦਾਦੀ ਦੇ ਭਰਜਾਈਆਂ ਨੇ ਕੋ ਕਹੀਆਂ ਵੱਡੀ ਹੀ ਕਰਨੀ ਕੀ ਜਾਂਦੀ ਹੂੰ ਤੇ ਮਾਂ ਦੀ ਕੀ ਕਹਿੰਦੀ ਭਰਜਾਈ ਮਾਂ ਨੇ ਤੇ ਤੈਨੂੰ ਦੱਸਿਆ ਵੀ ਉਹ ਮਾਂ ਦਾ ਕਸੂਰ ਕੱਢਦੀ ਹੈ ਸੁਖੀ ਤੇ ਭਰਜਾਈ ਵੱਡੀ ਆਂਦੀ ਵੀ ਚੱਲ ਸਾਡਮ ਨੇ ਇਦਾਂ ਆਉਂਦਾ ਮੈਂ ਇਹੋ ਗੱਲਾਂ ਦਾਦੀ ਹੁਣ ਮੈਨੂੰ ਕੀ ਪਤਾ ਮੈਂ ਕੀ ਤੇ ਦੱਸਾਂ ਤੈਨੂੰ ਚੱਲ ਤੂੰ ਭੋਗ ਹੀ ਨਾ ਪਾ ਉਹਦਾ ਕੋਈ ਗੱਲ ਨਹੀਂ ਰਹਿਣ ਦੇ ਤੂੰ ਜਿੱਦੋਂ ਚੀਜ਼ ਕਰੇ ਆ ਜੂਗੀ ਆਪਾਂ ਨਹੀਂ ਗਿਣਾ ਆਪਾਂ ਇੱਧਰ ਲਾਤੇ ਆ चल कोई नी चल गया दिवाली लैन की दीवे जगाने मैं कुछ करना आ जा चल जी उधर चल जी समझावे भरा भी सच भरा मिले नहीं ਪਰਾ ਮਿਲਿਆ ਹੁੰਦਾ ਫਿਰ ਤੂੰ ਨੇ ਹੋਰ ਕਰਕੇ ਆਉਣੀ ਆ ਜੇ ਅੱਧੀ ਹਫਤਾ ਠਹਿਰ ਜੋ ਤੇ ਵੇਖ ਲਿਓ ਜੋ ਮੈਂ ਨਹੀਂ ਹੁਣ ਜਾਣਾ ਲੈਣ ਆਉਣਾ ਹੋ ਆਜੂ ਨਹੀਂ ਆਉਣਾ ਨਾ ਉਹ ਤੇ ਨਾ ਮੈਨੂੰ ਕਹੀ ਤੂੰ ਹਾਂ ਮੈਂ ਡੰਗਰਾਂ ਦਾ ਵੇਖਦਾ ਮੜਾ ਨਹੀਂ ਮਾਸੀ ਨੂੰ ਤੂੰ ਹਾਂ ਤੇ ਕਰਤੀ ਆ ਤੇ ਤੈਨੂੰ ਪਤਾ ਹੀ ਆ ਤੇਰੇ ਮਗਰੋਂ ਮੇਰਾ ਕਿੱਦਾਂ ਜੀ ਲੱਗੂਗਾ ਤੇਰੇ ਨਾਲ ਤੇ ਮੈਂ ਰੁਣ ਝੁਣ ਬਹਿ ਕੇ ਕਰ ਵੀ ਲੈਣੀ ਸੌ ਸੁੱਖ ਦੁੱਖ ਮਾਵਾਂ ਧੀਆਂ ਕਰਦੀਆਂ ਵਾਂ ਆਹ ਵੇਖ ਲਾ ਇਹ ਕਿਤੇ ਲਾਗੇ ਲੱਗਦੀਆਂ ਵਾਂ ਮੇਰਾ ਕਿੱਦਾਂ ਸਰੂਗਾ ਉਸ ਮਾਸੀ ਦੇ ਨਾਲ ਸਾਡਾ ਕਿੰਨਾ ਟਾਈਮ ਕੱਢਿਆ ਜਦੋਂ ਸੁਨਾਹ ਕਰਦੇ ਫੱਟ ਆਉਂਦੀ ਆ ਤੇ ਪਤਾ ਗੱਲ ਇਹਨੂੰ ਵੇਖਣਾ ਚਾਹੀਦਾ ਸੁਨਾਹ ਮੈਨੂੰ ਕਿੰਨੀ ਵਾਰ ਦਿੱਤਾ ਵੀ ਭੈਣ ਆ ਭੈਣ ਆ ਹੁਣ ਮੈਂ ਸਵੇਰੇ ਚੱਲ ਜਾਣਾ ਵਾਂ ਤੇ ਤੂੰ ਡਰ ਕੇ ਨਹੀਂ ਰਹਿਣਾ ਟੱਚ ਦੀ ਟੱਚ ਨਹੀਂ ਉਹਨੇ ਮੇਰੇ ਵਾਂਗੂ ਰਹਿਣਾ ਖੜਕ ਕੇ ਲੱਛਣ ਵੇਲੇ ਕਦਾਂ ਤੇ ਕਰਦਾ ਖੜਕ ਕੇ ਰਹਿਣਾ ਮਗਰੋਂ ਤੂੰ ਵੀ ਨੀ ਛੱਡ ਕੇ ਜਾਂਦੀ ਇਹਨਾਂ ਨੂੰ ਬਰਬਾਦ ਨੀ ਹੋਣ ਦੇਣਾ ਬਰਬਾਦ ਦੀ ਗੱਲ ਮੈਂ ਹੋਵਾਂ ਸਹੁਰੇ ਤੇ ਤੂੰ ਹੋਵੇਂ ਮਾਸੀ ਕੋਲੇ ਝੋਲੇ ਦੇ ਝੋਲੇ ਲੋਕਾਂ ਨੂੰ ਕੋਈ ਨੀ ਤੇਰੀ ਥਾਂ ਤੇ ਪੂਰਾ ਇੱਥੇ ਮੈਂ ਪਹਿਰਾ ਰੱਖਣਾ ਵਾ ਤੇ ਛੇਤੀ ਆ ਜੀ ਮੇਰਾ ਜੀ ਨਹੀਂ ਲੱਗਣਾ ਦੁੱਖ ਸੁੱਖ ਆ ਜੀ 4-5 ਦਿਨ ਦੇ ਮੇਰੇ ਲੱਗ ਜਾਣੇ ਆ ਅੱਛਾ ਹਾਂ ਚੱਲ ਨਾਨੀ ਚੱਲ ਚੱਲੀ ਅੰਤਰਿਆ ਕਿੱਥੇ ਮਾਸੀ ਕੋ ਆਹ ਮੈਂ ਮਾਸੀ ਕੋ ਜਾਣਾ ਚੁੱਪ ਕਰ ਮੈਂ ਆ ਜਾਣਾ ਪਰਸੋਂ ਨਿਕਲਤੇ ਆ ਲੈ ਮਾਸ ਹਾਏ ਹਾਏ ਨੱਕ ਪੂੰਝਾਂ ਡਿਆ ਮੈਂ ਮੇਰੀ ਚੁੰਨੀ ਦਾ ਨੱਕ ਪੂੰਝ ਦਿੱਤਾ ਉਹ ਕੈਨੇਡਾ ਚੱਲੀ ਕਿਤੇ ਪੁੱਤ ਤੂੰ ਜਦੋਂ ਵੇਖੀ ਕਿਤੇ ਮਾਵਾਂ ਧੀਆਂ ਦਾ ਦੁੱਖ ਸੁੱਖ ਏਦਾਂ ਹੋਣਾ ਕੱਲ ਨੂੰ ਤੇਰੀ ਵਹੁਟੀ ਆਈ ਨਾ ਤੇ ਵੇਖੀ ਜਦੋਂ ਮਾਂ ਨਾਲ ਮੂੰਹ ਜੋੜ ਜੋੜ ਉੱਥੇ ਗੱਲਾਂ ਕੀਤੀਆਂ ਆਏ ਨੀ ਕਿਹੜਾ ਸੋਹਣਾ ਗਾਉਂਦੀ ਤੇਰੀ ਨਾਨੀ ਕਰਦੀਆਂ ਗੱਲੜੀਆਂ ਉਹ ਸਿੱਧੂ ਮੂਸੇਵਾਲਾ ਦਾ ਸੁਣਾ ਕੋਈ ਆ ਕੋਈ ਸਿੱਧੂ ਮੂਸੇਵਾਲਾ ਦਾ ਮੈਨੂੰ ਸਿੱਧੂ ਮੂਸੇਵਾਲਾ ਸੋਹਾ ਹੀ ਸੁਣਾ ਦੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਸੁਣਾ ਦੇ ਚੁੱਪ ਕਰ ਵੇ ਕੱਤਿਆ ਗੱਲ ਹੰਵਿਆਰੀ ਮੈਨੂੰ ਨਾ ਹਕਾਉਮਾ ਹੋਣਿਆ ਵੀ ਮੇਰੀ ਮਾਂ ਨੇ ਚਲ ਜਾਣਾ ਹਾਂ ਉਹਦਾ ਤੂੰ ਚੁਗਲੀਆਂ ਕਿੰਨੀਆਂ ਕਰਦੀਆਂ ਯਾਰ ਤੈਨੂੰ ਕੋਈ ਕੰਮ ਹੈ ਨਹੀਂ ਆ ਦੋਵੇਂ ਜਾਣ ਕਿੱਥੋਂ ਇੰਨੀਆਂ ਗੱਲਾਂ ਨੇ ਟਗਾਉਂਦੀਆਂ ਕਿਹੜੀਆਂ ਚੁਗਲੀਆਂ ਕਰਦੇ ਸੀ ਸਾਰਾ ਦਿਨ ਲੈ ਵਿੱਚ ਲੱਕੀਆਂ ਰਹੀਆਂ ਆਉਂਦਾ ਜਾਂਦਾ ਮੈਂ ਜਦੋਂ ਵੇਖਾਂ ਨਾ ਤੁਸੀਂ ਦੋਵਾਂ ਨੇ ਮੂੰਹ ਨਾਲ ਮੂੰਹ ਸਿਰ ਨਾਲ ਸਿਰ ਜੋੜੇ ਹੁੰਦੇ ਗੌਣਾ ਬੋਲਦੇ ਹੁੰਦੇ ਨਾ
ਕਣਕਾਂ ਜੰਮੀਆਂ ਧੀਆਂ ਕਾਹਨੂੰ, ਕਣਕਾਂ ਲੰਮੀਆਂ ਧੀਆਂ ਕਾਹਨੂੰ ਜੰਮੀਆਂ ਨਹੀਂ। ਮੇਰੀ ਗੱਲ ਸੁਣ, ਜਦੋਂ ਨੂੰ ਕੱਲ ਨੂੰ ਤੇਰੀ ਵਹੁਟੀ ਆਈ ਤੇ ਵੇਖਾਂਗੇ ਭਲਾ। ਹਾਂ ਐ ਚੰਡ ਕੇ ਰੱਖਣੀ ਹੋਵੇ ਜਿੱਦਾਂ ਤੂੰ ਤਾਂ ਕਰਦੀ ਨਾ ਦਾਦੀ ਨੂੰ, ਇਦਾਂ ਨੀ ਤੇ ਹਾ ਲੱਲਾ ਆਂਦਾ ਇਦਾਂ ਤੈਨੂੰ ਕਰਨਾ ਤੰਗ ਕਿੰਨੇ ਆਵੇ ਤੁਹਾਨੂੰ ਫਿਰ ਅਸੀਂ ਨਾ ਉਹ ਹਵੇਲੀ ਚ ਭੇਜ ਦੇਣਾ ਤੇ ਹਾ ਲੱਲਾ ਹੱਕ ਦੋ ਜੀ ਕੱਤਿਆ ਹੁਣ ਤੋਂ ਹੀ ਵੇਖ ਲੈ ਹੈ ਉਹਨੇ ਹੁਣ ਤਾਂ ਹੀ ਪੀਣੀਆਂ ਤੇਰੀ ਦਾਦੀ ਨੂੰ ਮੈਂ ਕਿਤੇ ਕੱਢਿਆ ਨਾ ਉਹਦੀ ਏਡੀ ਗੱਜੜੀ ਲੰਮੀ ਜ਼ਬਾਨ ਉਤਰਾ ਵਾਸ ਹੀ ਨਹੀਂ ਚੱਲਦਾ ਤੂੰ ਤੇ ਅੱਜ ਹੀ ਕਰਦੇ ਉਹ ਹਾਲ ਨਹੀਂ ਇਹਦਾ ਵੀ ਜਿੰਦਰ ਮਾਸਟਰ ਭੈਣ ਜੀ ਕੋ ਪਹੁੰਚ ਕਣਕਾਂ ਲੰਮੀਆਂ ਨਹੀਂ ਕੰਮ ਕੰਡੀਆਂ ਤੁਹਾਡੇ ਵਾਂਗੂ ਵੇਲੀ ਨਾ ਥੋੜੀ ਆ ਨਾ ਕਿਤੇ ਚੱਲ ਕੇ ਚਰਖਾ ਕੱਤਣੀਆਂ ਆਈਓ ਕਿਤੇ ਵੇਖੀ ਕਿਤੇ ਤੁਸੀਂ ਕੀ ਕਰ ਮਾਮੀਆਂ ਦੀ ਬੜੀ ਸਪੋਰਟ ਲੈਣਾ ਤੂੰ ਉਹ ਵੀ ਸੁੱਤੀ ਚਾਦਰ ਪੈਸੇ ਦਿੰਦੀਆਂ ਅੱਜ ਤੇ ਸ਼ੁਕਰ ਆ ਸਾਰੀ ਉਹ ਪੈਸੇ ਲੈਂਦੇ ਰਹਿਣਾ ਤੇ ਪੈਸਾ ਹੀ ਸਭ ਕੋ ਹਾ ਪੈਸੇ ਦੇ ਬਿਨਾਂ ਬੰਦਾ ਕੱਖ ਵੀ ਨਹੀਂ ਅੱਜ ਕੱਲ ਠੀਕ ਆ ਪੈਸੇ ਨਾਲ ਕੋ ਕਰਵਾ ਲੈ ਪੈਸੇ ਨਾਲ ਤਾਂ ਕੋ ਕਰਵਾ ਸਾਡੀਆਂ ਲਗਾ ਘਟਾ ਦੇਣਗੇ ਇਹਨੇ ਤੇ ਸਾਰਾ ਕੁਝ ਦੱਸਦਾ ਹੀ ਉਹਨਾਂ ਨੂੰ ਜੀ ਅੱਜ ਤੇ ਸ਼ੁਕਰ ਆ ਮਾਸੀ ਵੱਲ ਨਹੀਂ ਗਈ ਸੁੱਤੀ ਚਾਦਰ ਤਾਣ ਕੇ ਏਸੀ ਲਾਇਆ ਮਜੇ ਨਾਲ ਤੇ ਜਿਹੜੀ ਦੂਜੀ ਆ ਉਹ ਗੋਲੀ ਰੱਖੀ ਕੰਮ ਨੂੰ ਲੱਗੀ ਰਹਿੰਦੀ ਆ ਤੇ ਕੁੜੀ ਕੁੜੀ ਫੋਨ ਤੇ ਲੱਗੀ ਆ ਆ ਜਿਹੜੀ ਲਿਆਂਦੀ ਆ ਜਵਾਕੜੀ ਡੱਕਦੀਆਂ ਨੀ ਨਾ ਤੇ ਕਿਤੇ ਇਹਨਾਂ ਨੀ ਵੀ ਨਣਾਨ ਆਈ ਆ ਕਿਤੇ ਰੋਟੀ ਕਿਤੇ ਪਾਣੀ ਨਾ ਤੈਨੂੰ ਮੈਂ ਕਹਿ ਰਹੀ ਆ ਨਾ ਵੀ ਕਿਤੇ ਨਣਾਨ ਆਈ ਆ ਕਿਤੇ ਕੋਲ ਬਈਏ ਕੋਈ ਗੱਲਬਾਤ ਕਰੀਏ ਨਾ ਕਿਤੇ ਇਹਨਾਂ ਨੂੰ ਰੋਟੀ ਪਾਣੀ ਦਾ ਵੀ ਕਿਤੇ ਦਈਏ ਇਹ ਕਿਤੇ ਇਹਨਾਂ ਦਾ ਤਫਾਕ ਹੀ ਇਹਨਾਂ ਅੰਤਰੀਆਂ ਦਾ ਵੀ ਇਹੋ ਜੀ ਗੱਲ ਕੋਈ ਤੈਨੂੰ ਮੈਂ ਤਾਂ ਜਾਣਾ ਤੇਰੀ ਚੁਸਤੀ ਤਾਂ ਮੈਂ ਵੇਖਾਂ ਇਹਨਾਂ ਨੂੰ ਪਾੜ ਕੇ ਹੈ ਕਰ ਉਹ ਤੇ ਮੈਂ ਸੋਚਦੀ ਆ ਨਾਨੀ ਇੱਕ ਨੂੰ ਆਪਣੇ ਵੱਲ ਕਰ ਨਾਨੀ ਫੇਰ ਵੇਖੀ ਫੇਰ ਵੇਖੀ ਫਿਰ ਦੱਸ ਕਿਉਂ ਚ ਹਾਂ ਨਾਨੀ ਇਹਨੂੰ ਕਾਲਾ ਕੁਰਤਾ ਜਮਾ ਸਵਾ ਕੇ ਦੇ ਕਿਉਂ ਕੀ ਬਣਨਾ ਬਾਬਾ ਲੈ ਲੱਛਣ ਵੇਲਾ ਇਹਨੂੰ ਕਾਲਾ ਕੁਰਤਾ ਬਣਾ ਦੇ ਇਹ ਲੋਕਾਂ ਦੇ ਹੱਥ ਵੇਵੇ ਦੱਸਿਆ ਕਰੇ ਤੇ 100 ਰੁਪਏ ਲਵੇ ਉਹ ਪੈ ਗਿਆ ਪੁੱਛ ਜਿਹੜਾ ਵੀਜ਼ਾ ਨਹੀਂ ਲੱਗਦਾ ਉਹ ਵੀ ਜਿਹੜੀ ਵੀ ਚੀਜ਼ ਆ ਸਾਰੇ ਹੱਲ ਕਰਦੇ ਉਹ ਮਾਮੀਆਂ ਕੋ ਸਿੱਖ ਲਿਆ ਹੀ ਉਹ 100 ਰੁਪਏ ਦੇ ਜੂ ਦਿੰਦੀਆਂ ਵਾ ਮੈਂ ਪੁੱਠੀ ਚਾੜ ਦੇ ਲੈ ਤਿਆਰ ਹੋ ਕੇ ਪਿੰਡ 9 ਵਜੇ ਬਸੇ ਚੜ ਜਾ ਨਹੀਂ ਮੈਂ ਚੱਲੇ ਆ ਮੈਂ ਬਾਬਾ ਜੀ ਦਾ ਬਗੜਾ ਹੁੰਦੀਆਂ ਤੇਰੇ ਕੋਲ ਪੈਸਾ ਬਾਬਿਆਂ ਨੂੰ ਹਾਂ ਚੱਲ ਤੈਨੂੰ ਬਾਬਾ ਬਣਾਵਾ ਨਿਕਲ ਨਿਕਲ ਮਾਰਨ ਦੀ ਹੋ ਮਾਰਨਾ ਚੱਲ ਤੂੰ ਕੁੱਟੋ ਕੱਚਾਵਾ ਚੱਲ ਉਤਰ ਚੱਲ 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 ਮੰਮੀ ਨਿਕਲ ਹੋਏ ਵੱਜਦਾ ਵਾ ਵੱਜਦਾ ਮੈਨੂੰ ਪਤਾ ਵੱਜਦਾ ਨਿਕਲ ਜਾ ਹੋਰ ਨਾ ਮੇਰੇ ਕੋ ਖਾ ਲਈ ਮੈਂ ਬੱਸੇ ਚੜਾ ਦਾਂ 9 ਵਜੇ ਵਾਲੀ ਚੱਲ ਤੂੰ ਇੱਥੇ ਹੀ ਛੱਡਿਆ ਵਾ ਨਾ ਚੱਲ ਗਿਆ ਜੀ ਹਾਈ ਕਿੱਦਾਂ ਵੇਂਦਾ ਮੈਨੂੰ ਤੇਰਾ ਇਹੀ ਸ਼ੱਕ ਵਾ ਵਗੜਾਉਣ ਦੀਆਂ ਵਗੜਾਉਣ ਛੱਡ ਇੱਥੋਂ ਗੱਲਾਂ ਸੁਣ ਸੁਣ ਕਿਤੇ ਅੰਦਰ ਨਾ ਦੱਸਦਾ ਹੋਵੇ ਇਹਦਾ ਤੇ ਲੱਲੂ ਦਾ ਇਹੋ ਡਰ ਆ ਮੈਂ ਨਹੀਂ ਉਹਦੇ ਲਾਗੇ ਸਿਫਤਾਂ ਹੀ ਕਰਿਆ ਕਰੀਏ ਇਹਨਾਂ ਦੀਆਂ ਆ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਕਿਤੇ ਅੰਦਰ ਨਾ ਚਿੱਠਾ ਤਾਰਾ ਘਰ ਪਾਲਣ ਦੀ ਗੱਲ ਦੱਸਾਂ ਇੱਕ ਦੀਆਂ ਸਿਫਤਾਂ ਕਰਿਆ ਕਰ ਤੇ ਇੱਕ ਦੀਆਂ ਗੱਲਾਂ ਕਰ ਹਾਏ ਬਥੇਰੀਆਂ ਕੀਤੀਆਂ ਮੰਮਾਂ ਦੀਆਂ ਨੇ ਨਖਾਤੀਆਂ ਇਹਨਾਂ ਦੇ ਅਜੇ ਫੈਵਿਕ ਨਾ ਨਹੀਂ ਜੁੜ ਗਈਆਂ ਇਹ ਹਿਸਾਬ ਕਿਤਾਬ ਹੀ ਤੇ ਕੋਈ ਨਹੀਂ ਮੰਮੀ ਚਾਲ ਇਹੋ ਜਿਹੀ ਖੇਡਣੀ ਤੇਰੇ ਮਗਰੋਂ ਚਾਲਾਂ ਤੇ ਚਾਲਾਂ ਚੱਲਣੀਆਂ ਧੀ ਵੀ ਤੇਰੀਆਂ ਮੈਂ ਮੰਨ ਜੂ ਤੈਨੂੰ ਆਹ ਤੇਰੇ ਆਉਂਦੇ ਨੂੰ ਐਨ ਪੱਤੇ ਅੱਡ ਤੇ ਮੂਲੀਆਂ ਅੱਡ ਕਰਕੇ ਰੱਖਣੀਆਂ ਮੈਂ ਡਰਾਵੇ ਮਾਰਦਾ ਕੀ ਕਰਾਂ ਮੈਂ ਤੇ